ਕਹਿਣਾ ਪਏਗਾ ਉਸ ਮਹਾਂ ਪਵਿੱਤਰ ਧਰਤੀ ਤੇ ਵਗ ਰਹੀਆਂ ਖੋਲੀਆਂ ਨਦੀਆਂ ਸਨ ਜੋ ਜ਼ੁਲਮ ਕਰੇ ਅਬਦਾਲੀ ਨੇ ਇਸ ਥਾਂ ਤੇ ਪਹਿਲਾਂ ਸਦੀਆਂ ਸਨ। ਉਹ ਸਾਕਾ ਦਿਖਾਇਆ ਗਿਆ ਜੋ ਜਲਵਾਲਿਆਂ ਨੇ ਕਦੇ ਵਰਤਾਇਆ ਸੀ ਉਹ ਤਾਂ ਬਗਾਨੇ ਸਨ, ਬੇਸ਼ੱਕ ਹਰਿਮੰਦਰ ਢਾ ਗਏ, ਅਕਾਲ ਤਖ਼ਤ ਤੇ ਜੰਗਾਂ ਹੋਈਆਂ, ਦਰਬਾਰ ਉੱਤੇ ਹਮਲੇ ਹੋਏ, ਸਰੋਵਰ ਪੂਰੇ ਗਏ, ਪਰ ਕਿਲ੍ਹਾ ਉਹਨਾਂ ਦੋਨਾਂ ਉੱਤੇ ਹੁੰਦਾ ਹੈ ਜਿਨ੍ਹਾਂ ਦੀ ਖਾਤਰ ਨਾਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੀਸ ਦਿੱਤਾ ਹੋਵੇ। ਦੱਸੋ ਪਾਤਸ਼ਾਹ ਮਹਾਰਾਜ ਜੀ ਨੇ ਪਰਿਵਾਰ ਕੁਰਬਾਨ ਕੀਤਾ ਹੋਵੇ ਜੇ ਉਹੀ ਕੌਮ ਦਾ ਖੂਨ ਉੱਠ ਕੇ ਦਰਬਾਰ ਸਾਹਿਬ ਉੱਤੇ ਇੱਕ ਜ਼ਰੈਮ ਪੇਸ਼ਾ ਕੌਮ ਸਾਨੂੰ ਕਰਾਰ ਦੇ ਕੇ ਹਮਲਾ ਕਰ। ਖੈਰ ਜ਼ੁਲਮ ਕਹਾਣੀ ਆਪਦੇ ਸਾਹਮਣੇ ਅਤੇ ਹੱਡ ਬੀਤੀ ਹੈ। ਬਹੁਤ ਸੇਕ ਲੱਗਾ ਇਹਨਾਂ ਪੰਜਾਬੀਆਂ ਨੂੰ ਅਕਾਲ ਤਖ਼ਤ ਤੇ ਦਾਗੀਆਂ ਹੋਈਆਂ ਤੋਪਾਂ ਜਾਣੀਆਂ ਖਾਲਸਿਆਂ ਦੇ ਸੀਨੇ ਵਿੱਚ ਛੇਕ ਪਾ ਕੇ ਰੱਖ ਗਏ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਕੁਝ ਐਸੇ ਦਰਬਾਰ ਨੇ ਜਿੱਥੇ ਜਾ ਕੇ ਵੇਖਿਆ ਜਾਏ ਤੇ ਪਤਾ ਲੱਗੇਗਾ। ਕਦੇ ਕਿੰਨੀ ਰਾਤ ਰਹਿਣ ਦਾ ਮੌਕਾ ਮਿਲੇ ਸੀਸ ਗੰਜ, ਤਕਰੀਬਨ ਰਾਤ ਦੇ 1 ਵਜੇ ਉੱਠ ਕੇ ਵੇਖ ਲੈਣਾ, 1-2 ਦੀ ਬਾਤ ਨੇ ਹਜ਼ਾਰਾਂ ਗਰੀਬ ਉੱਥੇ ਬੈਠੇ ਹੁੰਦੇ ਨੇ ਔਰ ਹਜ਼ਾਰਾਂ ਦਾਨੀ ਪਕੌੜਿਆਂ ਦਾ ਲੰਗਰ, ਚਾਹ ਦਾ ਲੰਗਰ ਉੱਥੇ ਵਰਤਾ ਰਹੇ ਹੁੰਦੇ ਨੇ। ਜੇ ਅਨਸਾਬ ਦੀ ਅਕਲ ਤੱਕਿਆ ਜਾਏ ਕਿ ਕਿਉਂ ਜਾਪਦਾ ਹੁੰਦਾ ਹੈ ਕਿ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਗਰੀਬਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਆਪਣੇ ਹੱਥਾਂ ਦਾ ਭੋਜਨ ਛਕਾਇਆ। ਇਹੀ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਲੰਗਰ। ਉਹਨਾਂ ਦਿਨਾਂ ਅੰਦਰ ਪੰਜਾਬ ਦੇ ਹਾਲਾਤ ਡਾਵਾਡੋਲ ਸਨ। ਕਾਰਨ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ, ਰਕਸ਼ੀਆਂ ਤੇ ਦਿਹਾੜੀਆਂ ਕਰਨ ਵਾਲੇ ਲੋਕ, ਜਦੋਂ ਪੰਜਾਬ ਬੰਦ ਪੈ ਜਾਂਦਾ ਸੀ ਉਹ ਵਿਚਾਰੇ ਆਪਣੇ ਜਵਾਕਾਂ ਨੂੰ ਲੈ ਕੇ ਮਜ਼ਬੂਰ ਦਰਬਾਰ ਸਾਹਿਬ ਆ ਜਾਇਆ ਕਰਦੇ ਸਨ। ਕਈ ਦਿਨ ਉੱਥੋਂ ਪ੍ਰਸ਼ਾਦਾ ਪਾਣੀ ਛਕਿਆ ਕਰਦੇ ਸਨ। ਇੱਕ ਬੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਉੱਤੇ ਇਕੱਠੀ ਹੋਈ ਸੰਗਤ, ਦੂਸਰੇ ਬੰਦੇ ਹਜ਼ਾਰਾਂ ਉਹ ਨਿਆਸਰੇ ਲੋਕ ਜਿਨ੍ਹਾਂ ਦਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਵਿੱਚੋਂ ਪ੍ਰਸ਼ਾਦੇ ਪਾਣੀ ਦਾ ਹੋਰ ਕੋਈ ਚਾਰਾ ਨਹੀਂ, ਉਹ ਵਿਚਾਰੇ ਗਰੀਬ ਇੱਥੇ ਪ੍ਰਸ਼ਾਦਾ ਛਕਣ ਆਏ, ਘੇਰੇ ਵਿੱਚ ਆ ਕੇ ਸਾਰੇ ਮਾਰ ਦਿੱਤੇ ਗਏ। ਗੁਰੂ ਕਾ ਲੰਗਰ ਗਰੀਬ ਵਾਸਤੇ, ਅਮੀਰ ਵਾਸਤੇ, ਧਰਮ ਦਰਮਿਆਨੀਆਂ ਕੌਮਾਂ ਵਾਸਤੇ, ਅਮੀਰਾਂ ਵਾਸਤੇ ਨਹੀਂ। ਅਮੀਰ ਨੂੰ ਧਰਮ ਦੀ ਬਹੁਤੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਧਰਮ ਦੇ ਨੇੜੇ ਨਹੀਂ ਆ ਸਕਦਾ, ਮਾਇਆਦਾਰੀ ਹੁੰਦਾ, ਅੰਨਾ ਤੇ ਬੋਲਾ। ਦਰਮਿਆਨੀਆਂ ਕੌਮਾਂ ਨੂੰ ਧਰਮ ਰਾਸ ਆਉਂਦਾ ਹੈ, ਗਰੀਬ ਲੋਕਾਂ ਦਾ ਧਰਮ ਅਮੀਰੀ ਰਹਿਣ ਨਹੀਂ ਦਿੰਦਾ। ਜਿਹਦੀ ਧੀ ਨੇ, ਜਿਹਦੀ ਭੈਣ ਨੇ ਕਿਸੇ ਅਮੀਰ ਦੇ ਘਰ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣਾ ਹੋਵੇ, ਦੱਸੋ ਤਾਂ ਧਰਮ ਅਮੀਰੀ ਛੱਡੇਗੀ? ਗੁਰੂ ਕਿਰਪਾ ਕਰੇ, ਉਹ ਲੋਕ ਜਿਹੜੇ ਗਰੀਬ ਸਨ ਤਬਾਹ ਕਰ ਦਿੱਤੇ ਗਏ, ਮਾਰ ਦਿੱਤੇ ਗਏ। ਇੱਕ ਵਾਰ ਦੀ ਗੱਲ ਹੈ, ਪੰਜਾਬ ਵੱਲ ਸੀ, ਬਿਜਲੀ ਵੀ ਨਹੀਂ ਸੀ ਆ ਰਹੇ, ਮੈਂ ਇੱਕ ਮੇਲੇ ਉੱਤੇ ਜਾਣਾ ਸੀ, ਕੀ ਵੇਖਿਆ, ਰਕਸ਼ੇ ਉੱਤੇ ਬੈਠਾ ਜਾ ਰਿਹਾ ਸਨ, ਇੱਕ ਬੰਦਾ ਤੁਰਿਆ ਜਾਏ, ਨਾਲ ਉਹਦਾ ਖੁਦ ਤੁਰਿਆ ਜਾਏ, ਜਾਣਿਆ ਬੰਦਾ ਸੀ ਮਿਹਨਤ ਮਜ਼ਦੂਰੀ ਕਰਨ ਵਾਲਾ ਤੇ ਪੁੱਤ ਹੈ ਅਣਜਾਣਾ, ਪਰ ਉਹ ਏਡਾ ਕਹਾੜ ਕੇ ਕਿਨ ਸਨ, ਇੰਨੀ ਗਰਮੀ ਸੀ ਕਿ ਮਜਬੂਰ ਹੋਇਆ, ਉਹਨੂੰ ਪੁੱਛਣ ਵੀ ਨਹੀਂ ਸੀ ਚੁੱਕ ਸਕਦਾ, ਔਰ ਨੰਗੇ ਪੈਰੀ ਉਹ ਬੱਚਾ ਚੱਲ ਪਈ ਸੀ। ਰਕਸ਼ਾ ਰੋਕਿਆ, ਪੁੱਛਿਆ ਉਹਨਾਂ ਨੂੰ, ਤੇ ਕਹਿੰਦੇ ਅਸੀਂ ਮੇਲੇ ਵਿੱਚ ਜਾ। ਰਕਸ਼ੇ ਵਾਲੇ ਨੂੰ ਕਿਹਾ ਭਾਈ ਦੋਣੇ ਪੈਸੇ ਲੈ ਲਈ, ਪਰ ਇਹਨਾਂ ਨੂੰ ਲੈ। ਪੁੱਛਿਆ ਮੇਲਾ ਵੇਖਣ ਵਾਸਤੇ ਜਾ ਰਹੇ ਹੋ? ਉਹ ਕਹਿੰਦੇ ਕੁਝ ਨਾ ਖਾਣ ਵਾਸਤੇ ਮਿਲਿਆ, ਨਾ ਮਿਹਨਤ ਮਿਲੀ, ਨਾ ਮਜ਼ਦੂਰੀ ਮਿਲੀ, ਕੱਲ ਦੇ ਵਿਹਲੇ ਬੈਠੇ ਸਨ, ਪਤਾ ਲੱਗਾ ਕਿ ਇਸ ਪਿੰਡ ਵਿੱਚ ਮੇਲਾ ਲੱਗ ਰਿਹਾ ਹੈ, ਮੈਂ ਆਪਦੇ ਪੁੱਤ ਨੂੰ ਲੈ ਕੇ ਚੱਲਿਆ ਹਾਂ, ਢਿੱਡ ਭਰ ਕੇ ਰੋਟੀ ਖਾ ਲਵਾਂਗੇ, ਗੁਰੂ ਦੇ ਘਰ ਮੱਥਾ ਟੇਕ ਆਵਾਂਗੇ, ਸ਼ਾਮ ਨੂੰ ਫੇਰ ਰੱਜ ਕੇ ਪ੍ਰਸ਼ਾਦਾ ਖਾ ਲਵਾਂਗੇ, ਰਾਤ ਤੇ ਨਿਕਲ ਜਾਏਗੀ। ਸਤ ਸੰਗਤ ਜੀ, ਐਸੇ ਲੋਕਾਂ ਨੇ ਉੱਥੇ ਖੂਨ ਦੇ ਨਾਲ ਕਾਣ ਕੀਤੇ ਗਏ, ਤਬਾਹ ਕਰ ਦਿੱਤੇ।
ਬਾਕੀ ਯਾਤਰੀਆਂ ਦੇ ਵਿੱਚੋਂ ਬੇਅੰਤ ਕਥਾਵਾਂ ਸਾਡੇ ਸਾਹਮਣੇ ਨੇ। ਰਾਜ ਬੀਕਾਨੇਰ ਦੇ ਇਲਾਕੇ ਦੇ ਰਹਿਣ ਵਾਲਾ ਦਲੀਪ ਸਿੰਘ 5 ਸਾਲੇ ਪੁੱਤਰ ਨੂੰ ਲੈ ਕੇ ਤੇ ਘਰਵਾਲੀ ਨੂੰ ਲੈ ਕੇ ਦਰਬਾਰ ਸਾਹਿਬ ਗਿਆ। ਕਾਰਨ ਉਹਦੇ ਜਨਮ ਦੀ ਸੁਖਨਾ ਹੈ, ਗੁਰੂ ਰਾਮਦਾਸ ਮਹਾਰਾਜ ਪੁੱਤਰ ਬਖਸ਼ਿਸ਼ ਕਰੇ ਅੰਮ੍ਰਿਤਸਰ ਸਾਹਿਬ ਅਖੰਡ ਪਾਠ ਸਾਹਿਬ ਕਰਨ। ਵਾਰੀ ਕਿੱਥੇ ਛੇਤੀ ਆ ਜਾਂਦੀ ਹੈ ਕਿਉਂਕਿ ਸਰਗਾਲਵਾ ਵੱਲੋਂ ਪਾਠ ਚੱਲਦੇ ਨੇ। ਇਹਨੂੰ ਭਾਗਾ ਪਰਿਵਾਰ ਪੁੱਛੇ ਹੈ, ਅੰਮ੍ਰਿਤਸਰ ਉੱਤੇ ਹੋ ਗਿਆ ਹਮਲਾ, ਮਕਾਨ ਵਿੱਚ ਬੰਦ ਸਨ। ਜਿਹੜਾ ਪੁੱਤਰ 100 ਸੁੱਖਣਾ ਸੁੱਕ ਕੇ ਲਿਆ ਸੀ ਉਹ ਪਾਣੀ ਦੀ ਘੁੱਟ ਨੂੰ ਤਰਸਦਾ ਹੋਇਆ ਹੋ ਘਰਵਾਲੀ ਵੀ ਮਰ ਗਏ, ਧਰਮ ਪਤਨੀ ਮਰ ਗਈ, ਪੁੱਤਰ ਮਰ ਗਿਆ ਤੇ ਆਪ ਸਰਕਾਰ ਦੇ ਹੱਥ ਵਿੱਚ ਆ ਗਿਆ। ਮਹੀਨਿਆਂ ਬੱਤੀ ਜੇਲ੍ਹਾਂ ਵਿੱਚ ਰੁੜਨ ਤੋਂ ਬਾਅਦ ਆਖਿਰ ਸਰਕਾਰ ਨੇ ਛੱਡਿਆ ਤੇ ਆਪਣੇ ਘਰ ਚੱਲਿਆ। ਕਦਮ ਗਾਹ ਨੂੰ ਪੁੜਦਾ ਤੇ ਲੱਤਾਂ ਪਿਛਾਹ ਨੂੰ ਜਾਂਦੀਆਂ। ਆਇਆ ਸੁੱਖਣਾ ਲਾਉਣ ਵੱਗ ਗਏ ਹਾਂ, ਕੀ ਲੈ ਕੇ ਜਾ ਰਿਹਾ ਹਾਂ। ਉਧਰ ਵਿਚਾਰੀਆਂ 5 ਧੀਆਂ ਸਨ, ਜਿਹੜੀਆਂ 5 ਭੈਣਾਂ ਸਨ, ਜਿਨ੍ਹਾਂ ਦਾ ਇੱਕੋ ਇੱਕ ਭਰਾ ਨਿਸ਼ਾਨ ਸਿੰਘ ਦਰਬਾਰ ਸਾਹਿਬ ਮਾਰਿਆ। ਅੱਖਾਂ ਵੀਕ ਰਹੀਆਂ ਸਨ, ਕੋਈ ਪਤਾ ਨਹੀਂ ਲੱਗ ਰਿਹਾ, ਕੋਈ ਕਹਿ ਰਿਹਾ ਸਭ ਮਾਰੇ ਗਏ ਨੇ, ਕੋਈ ਕਹਿ ਰਿਹਾ ਤੁਹਾਡਾ ਪਿਤਾ ਜੇਲ੍ਹ ਵਿੱਚ ਹੈ, ਕਹੇ ਸੁਪਨਾ ਸੱਚ ਹੋਇਆ। 6 ਮਹੀਨੇ ਦੇ ਬਾਅਦ ਇਹ ਵਿਚਾਰਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਪਣੇ ਪਿੰਡ ਪਰਿਆ ਜਾਂ ਘਰ ਦੇ ਦਰਵਾਜ਼ੇ ਬਾਹਰ ਸੀ, ਵੇਖਿਆ ਨਾ ਮਾਤਾ ਨਾਲ ਦਿਸੀ ਹੈ, ਨਾ ਭਰਾ ਨਾਲ ਦਿਸਿਆ ਹੈ, ਦਿਲ ਪਾਟਣ ਤੱਕ ਗਿਆ। ਵਿਰਾਗ ਵਿੱਚ ਆਈਆਂ ਸੀਆਂ, ਚੜ ਉੱਠੀਆਂ ਨੇ, ਧੀਆਂ ਪੁੱਛਦੀਆਂ ਬਾਪੂ ਸਾਡੀ ਮਾਂ ਕਿੱਥੇ ਹੈ, ਜਿਹੜੇ ਵੀਰ ਦੀ ਸੁਖਨਾ ਲਾਉਣ ਵਾਸਤੇ ਗਿਆ ਹਾਂ ਉਹ ਕਿੱਥੇ ਹੈ। ਕੀ ਜਵਾਬ ਹੋਵੇਗਾ ਉਸ ਲਭਾਗੇ ਬਾਪ ਬੋਲਾ। ਆਓ 2.5 ਮਿੰਟ ਦੀ ਕਵਿਤਾ ਹੈ ਸੁਰ ਮਿਰਜਾ ਵਿੱਚ, ਵਿਰਾਗ ਮੈਂ ਲੈਣਾ ਸਰਵਣ ਕਰੋ। ਇਹ ਛੱਡ ਕਰਕੇ ਖਿਮਾ ਚਾਹਾਂਗਾ ਕਿਉਂਕਿ ਦਾਸਾਂ ਤੋਂ ਪਿੱਛੋਂ ਤੁਹਾਡਾ ਬੜੇ ਮਾਣ ਨਾਲ ਬੁਲਾਇਆ ਹੋਇਆ ਜੱਥਾ ਬੈਠਾ ਹੈ, ਉਹਨਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ। ਕਵਿਤਾ ਦੇ ਬੋਲ ਹੈ ਬਈ ਉਹ 5 ਭੈਣਾਂ ਰੋ ਪਈਆਂ ਨੈਣਾਂ ਚੋਂ ਸੁੱਟ ਕੇ ਨੀਰ, ਜਦ ਬਾਬਲ ਖਾਲੀ ਆ ਗਿਆ ਤੇ ਨਾਲ ਨਾ ਦੱਸਿਆ ਵੀ ਕਿਉਂ ਬੇਨਤੀ। ਉਹ 5 ਭੈਣਾਂ ਰੋ ਪਈਆਂ ਨੈਣਾਂ ਚੋਂ ਸੁੱਟ ਕੇ ਨੀਰ, ਜਦੋਂ ਬਾਬਲ ਖਾਲੀ ਆ ਗਿਆ ਉਸ ਦੇ ਨਾਲ ਨਾ ਦਿਸਿਆ ਵੀਰ, ਉਹ ਮਾਰਦਾ ਹੱਛੜਾਂ ਪਿੱਟੀਆਂ ਹੋ ਹੋ ਕੇ ਤੇ ਬੇਦੀਰਾ, ਤੱਕ ਬਾਪ ਵਿਚਾਰ